लो लाता, चलो लो जी, लो गेयर लाता उस आजी ने। हुण टायर सोने चके हुए आ। बिस्मिल्लाहिर्रहमानिर्रहीम, अस्सलाम वालेकुम दोस्तों। दोस्तों ट्रैक्टर्स एंड ट्रक्स इन्फॉर्मेशन यूट्यूब चैनल जी खुश आमदीद। अज हैगा जी 2020 मॉडल दबंग 85, तो यदि आप मालूमत लवेंगे जेडे उस्ताद जी आना को कि इन्होंने किन्ने का लिया, तो किराया कि पिछले लाया, तो यह कि खर्चा कर जाता अपना लेजर के उत्ते घंटे का। तो दूसरी गल कि यह मैसी 385 नालों बेहतर आ या मैसी ठीक आ, तो शुरू कर दें अपना इंटरव्यू, वीडियो पूरी देखी। ए है जी उस्ताद जी, उस्ताद जी जरा अपना इलाका दस्यो कि जी थोड़ा। जिला साहिवाल, तहसील चीचा वदनी जी। तहसील चीचा वदनी, जिला साहिवाल, 169L 169L। उस्ताद जी थोड़ा नाम? मोहम्मद अहमद जी। अच्छा उस्ताद जी दस्यो कि दबंग 85 जिहड़ा है किहड़ा मॉडल आ तुहाडे कोल? ए 20 मॉडल आ जी, 2020 मॉडल आ। अच्छा ये दस्यो कि तुसीं दबंग 85 चला रहे हो, मैसी भी चलाया इहदी जगह ते? मैसी बड़ा चलाया जी। अच्छा इन्हां दोवां ट्रैक्टरां चो बेहतर किहड़ा वा? ए बेहतर ए आ जी, खिचाई दे हिसाब नाल ट्रैक्टर दे हिसाब नाल भी बेहतर ए आ, तोरा भी ज्यादा जी इहदा। अच्छा खर्चा जिहड़ा जी, जे इक जगह ते कम करीए ना जी रूटीन ना, सही है, 4 लीटर दी एवरेज आ रही आ। 4 लीटर घंटे दा खांदा है? घंटे दा। तुहाडा ब्लेड पिछे किन्ने फुटा वा? ब्लेड 8 फुटा जी। केहड़ी कंपनी दा? ए त्रिम्बल दा जी। ए किन्ने दा लिया सी ब्लेड तुसीं, ते कित्थों लिया सीगा? ब्लेड लाहौरों लियांदा जी, 6 लाख च पै गया जी। मतलब मुकम्मल जेड़ा डिवाइसां वगैरह सारियां हुंदियां हैं जी। और ट्रैक्टर तुहाडा 20 मॉडल किन्ने दा आया सीगा? ए मेरा ख्याल जी 13 लाख ते 75 तक 85 दा कह रहे सी भाईया ना, 2020 मॉडल। हां जी। अच्छा उस्ताद जी 85 किन्ना खर्चा कर जांदा? तुसीं 85 भी चलाया? जेड़ा वड्डा 85 आ ना जी मैसी, हां जी 385 वड्डा मॉडल जेड़ा उहदा, 6 लीटर 6.5 लीटर खांदा पिया आराम नाल। मैं कल भी चला के आया। अच्छा ਤੇ ਜਿਹੜਾ ਹੈਗਾ ਵਾ 375 ਜੀ, ਹਾਂਜੀ ਉਹ ਕਰਦਾ ਪਿਆ 5 ਲੀਟਰ 5.25। ਉਹਦੀ ਉਹਨੀ ਖਿਚਾਈ ਵੀ ਨਹੀਂ ਹੈਗੀ ਨਾ? ਹਾਂਜੀ ਖਿਚਾਈ ਵੀ ਨਹੀਂ ਹੈਗੀ, ਤੋਰਾ ਵੀ ਘੱਟ 640 ਆ ਜੀ। ਹਾਂਜੀ ਛੋਟਾ 640, ਇਹ ਤੋਂ ਛੋਟਾ 75 ਹਾਰਸ ਪਾਵਰ ਜਿਹੜਾ ਇਹਦਾ 65 ਹਾਰਸ ਪਾਵਰ, 75 ਹਾਰਸ 75 ਹਾਰਸ ਪਾਵਰ ਉਹ ਕਰਦਾ ਪਿਆ ਜੀ 5.55। ਸਹੀ ਹੈ, 5.25 ਵੀ ਕਰ ਜਾਂਦਾ ਜੇ ਅਗਰ ਨਾਰਮਲ ਰੱਖੋ ਤਾਂ। ਸਹੀ ਹੈ, ਇਹਨੂੰ ਦੱਬ ਕੇ ਵੀ ਰੱਖ ਲਓ ਨਾ ਥੋੜਾ ਜਿਹਾ। ਸਹੀ ਹੈ, ਤੇ ਫਿਰ ਵੀ 5 ਤੇ ਬੜੇ ਜ਼ੋਰ ਨਾਲ ਪਹੁੰਚਦਾ। ਠੀਕ ਹੈ, ਮਤਲਬ ਕਿ ਇਹ ਸਲਿਪ ਘੱਟ ਕਰਦਾ ਵਾ? ਸਲਿਪ ਬਹੁਤ ਕੰਮ ਕਰਦਾ, ਇਹਦੇ ਪਿੱਛੇ ਵੇਟ ਲੱਗੇ ਆ, ਵੇਟ ਲੱਗੇ ਹੋਏ ਆ, ਵੇਟ ਹੈਗੇ ਜੀ 55-55 ਕਿਲੋ ਦੋਵਾਂ ਪਾਸੇ ਆ, ਉਹ ਵੇਟਾਂ ਦੀ ਵਜ੍ਹਾ ਨਾਲ ਇਹਦੀ ਗ੍ਰਿਪ ਅੱਛੀ ਆ, ਰੇਤੇ ਵਿੱਚ ਵੀ ਕੰਮ ਕਰਦਾ ਹੈ, ਗ੍ਰਿਪ ਅੱਛੀ ਆ। ਅੱਛਾ ਤੇ ਤੁਸੀਂ ਇਹ ਦੱਸਿਓ ਕਿ ਤੁਸੀਂ ਅੱਗੇ ਵੇਟ ਤਾਂ 4-4 ਹੁੰਦੇ, ਤੁਸੀਂ 2-2 ਵੇਟ ਖੋਲ ਦਿੱਤੇ ਅੱਗੇ, ਇਹਦੀ ਕੀ ਵਜ੍ਹਾ? ਵੈਸੇ ਖੋਲੇ ਹੀ, ਅਸੀਂ ਕਿਹਾ ਵੀ ਟਾਇਰਾਂ ਦਾ ਮਸਲਾ ਨਾ ਬਣ ਜਾਵੇ, ਕੋਈ ਘਸ ਜਾਣਾ ਜਾਣ। ਵੈਸੇ ਤੇ ਇਹਦਾ ਹਿੱਸਾ ਬਹੁਤ ਮਜ਼ਬੂਤ ਕਰ ਦਿੱਤਾ ਨਾ ਅਗਲਾ ਉਹਨਾਂ ਨੇ, ਵੈਸੇ ਉੱਠਦਾ ਨਹੀਂ ਟਰੈਕਟਰ ਜਿੰਨਾ ਮਰਜ਼ੀ, ਇਹਦੀ ਲੰਬਾਈ ਜ਼ਿਆਦਾ ਨਾ ਟਰੈਕਟਰ ਦੀ, ਲੰਬਾਈ ਜ਼ਿਆਦਾ। ਚਲੋ ਜੀ ਥੋੜਾ ਟਰੈਕਟਰ ਦਿਖਾ ਦਈਏ, ਫਿਰ ਤੁਸੀਂ ਸਾਨੂੰ ਕੋਈ 2 ਚੱਕਰ ਵੀ ਲਾ ਕੇ ਦਿਖਾਈਓ ਇਹਦੇ ਜੀ। ਉਸਤਾਦ ਜੀ ਉਹਨੀ ਦੇਰ ਤੱਕ ਆਪਣਾ ਉਹ ਲੇਜ਼ਰ ਜਿਹੜਾ ਹੈਗਾ ਉਹਦੀਆਂ ਡਿਵਾਈਸਾਂ ਵਗੈਰਾ ਉਹ ਫਿੱਟ ਕਰ ਲੈਣ, ਤਾਂ ਇਹ ਦੇਖ ਲਓ ਜੀ ਇਹਦਾ ਅਗਲਾ ਹਿੱਸਾ ਪਹਿਲੇ ਨਾਲੋਂ ਕਾਫੀ ਮਜ਼ਬੂਤ ਕਰ ਦਿੱਤਾ ਗਿਆ, ਇਹ ਹੈਗਾ 2020 ਮਾਡਲ। ਤੇ ਹੁਣ ਗਾਂ 2021 ਆਉਣਗੇ, ਹਾਲੇ ਫਿਲਹਾਲ 2020 ਚੱਲ ਰਿਹਾ ਜੀ। ਇਹ ਦੇਖੋ ਮੇਰੇ ਕੋਲ ਸੀਗਾ 17 ਮਾਡਲ, 17 ਮਾਡਲ ਨੂੰ ਇਹ ਮੁੱਕੀਆਂ ਜਿਹੜੀਆਂ ਲਾਈਆਂ ਸੀਗੀਆਂ ਇਹਨਾਂ ਨੇ ਵੱਡੇ ਫੀਅਟ ਵਾਲੀਆਂ, ਸਪੈਂਡਲ ਵੀ ਵੱਡੇ ਫੀਅਟ ਵਾਲੇ ਸੀਗੇ। ਇਹ ਜੈਕ ਜਿਹੜਾ ਵਾ ਇੱਕ ਸਾਈਡ 'ਤੇ ਸੀਗਾ, ਇਹਨੂੰ ਡਬਲ ਕਰ ਦਿੱਤਾ, ਇਹ ਹਿੱਸਾ ਹਲਕਾ ਸੀ ਉਹਦਾ, ਵੱਡੇ ਫੀਅਟ ਵਾਲਾ ਸੀ 640 ਵਾਲਾ, ਇਹ ਵੀ ਕਾਫੀ ਮਜ਼ਬੂਤ ਕਰ ਦਿੱਤਾ ਔਰ ਭਾਰਾ ਕਰ ਦਿੱਤਾ ਪਹਿਲੇ ਨਾਲੋਂ। ਬਾਕੀ ਤਕਰੀਬਨ ਚੀਜ਼ਾਂ ਹੋਈ ਆ ਜੀ, ਅੱਗੇ ਵੇਟ ਪਹਿਲੇ ਵੀ ਸੀਗੇ ਹੁਣ ਵੀ ਆ, ਅਤੇ ਟਿਊਬਾਂ ਪਹਿਲੇ ਵੀ ਇਹਦੀਆਂ ਠੀਕ ਸੀਗੀਆਂ, ਅਤੇ ਵੇਟ ਇਹਨਾਂ ਦੇ ਡਬਲ ਲੱਗੇ ਹੋਏ ਆ, ਅਤੇ ਇਹ ਪਿੱਛੇ ਇਹਨਾਂ ਦਾ ਲੇਜ਼ਰ ਆ ਜੀ। ਬਾਕੀ ਜਿੱਦਾਂ ਕੰਪਨੀ ਫਿਟਡ ਛੱਤ ਹੁੰਦੀ ਹੈ, ਛੱਤ ਵੀ ਲੱਗੀ ਆ ਨਾਲ ਇਹਨੂੰ, ਅਤੇ ਸਾਰਾ ਸਿਸਟਮ ਇੱਦਾਂ ਹੀ ਆ ਜੀ। ਬਾਕੀ ਵੀਡੀਓ ਦੇਖਿਓ ਜੀ, ਅਤੇ ਅੱਛੀ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ। ਉਸਤਾਦ ਜੀ ਨੇ ਅੱਛੀ ਮਾਲੂਮਾਤ ਦਿੱਤੀ ਆ ਸਾਨੂੰ ਇਹਦੇ ਬਾਰੇ 'ਚ, ਅਤੇ ਕਿੰਨੇ ਦਾ ਉਹਨਾਂ ਨੇ ਲਿਆ ਉਹਨਾਂ ਨੇ ਇਹ ਵੀ ਦੱਸ ਦਿੱਤਾ। ਇਹ ਪਿੱਛੇ ਲੇਜ਼ਰ ਆ ਜੀ ਇਹਦੇ, ਅਤੇ ਇਹ ਕੰਪਨੀ ਦਾ ਲੇਜ਼ਰ ਆ ਜੀ। ਅਤੇ ਉਸਤਾਦ ਜੀ ਦਾ ਇਹਦੇ ਬਾਰੇ ਕੁਛ ਕਹਿਣਾ? ਉਸਤਾਦ ਜੀ ਤੁਸੀਂ ਕੀ ਕਹਿ ਰਹੇ ਸੀ ਪਹਿਲੇ, ਆਪਣਾ ਕਿੱਦਾਂ ਕੀ ਸਿਸਟਮ ਆ ਇਹਦਾ? ਸਿਸਟਮ ਇਹਦਾ ਹੈ ਜੀ, ਬਿੰਗੀ ਵੀ ਲੱਤ ਲੱਗ ਜਾਵੇ ਨਾ ਥੋੜ੍ਹੀ ਬਹੁਤੀ, ਉਹ ਜਿਹੜੀ ਜਿੱਦਾਂ ਤਰਪਾਈ ਬਿੰਗੀ ਲੱਗੀ ਥੋੜ੍ਹੀ ਜੀ, ਇਹ ਆਪਣਾ ਕੰਟਰੋਲ ਆ ਕਰਦੀ ਚੱਲ ਕੇ ਆਪੇ ਹੀ, ਇਹ ਸੈਂਟਰ 'ਚ ਆਉਂਦੀ ਹੈ। ਸਹੀ ਹੈ, ਮਤਲਬ ਕਿ ਇਹਦੇ ਇਹਦੇ ਵਿੱਚ ਵੀ ਮੂਵਿੰਗ ਹੈ ਨਾ, ਚਾਰਾਂ ਪਾਸੇ, ਇਹ ਆਪਣਾ ਸਿੱਧੀ ਆਟੋਮੈਟਿਕ ਲੈਵਲ ਇੱਥੋਂ ਹੋਣਾ ਇਹਦਾ, ਇੱਥੋਂ ਆਪੇ ਕਰ ਲੈਂਦੀ ਹੈ ਸੈੱਟ, ਹੋਰ ਕਿਸੇ ਮਸ਼ੀਨ 'ਚ ਸਿਸਟਮ ਨਹੀਂ ਹੈਗਾ? ਨਹੀਂ, ਹੋਰ ਕਿਸੇ 'ਚ ਨਹੀਂ ਹੈਗਾ ਜੀ। ਇਹ ਦੇਖ ਲਓ, ਲਓ ਜੀ ਉਸਤਾਦ ਜੀ ਨੇ ਗੱਡੀ ਸਟਾਰਟ ਕਰ ਲਈ ਮਾਸ਼ਾਅੱਲਾ, ਅਤੇ ਕੰਮ ਸ਼ੁਰੂ ਕਰ ਦਿੱਤਾ ਲੇਵਲ ਵਾਲਾ ਇਹਨਾਂ ਨੇ। ਲਓ ਜੀ ਦੋਸਤੋ, ਇਹਦਾ ਬਲੇਡ ਫੁੱਲ ਲਾ ਕੇ ਨਾ, ਅਤੇ ਚੱਕ ਦਿਆਂਗੇ ਟਾਇਰ ਇਹਦੇ, ਦੇਖੀਏ ਕਿੰਨੀ ਖਿਚਾਈ ਕਰ ਸਕਦਾ ਇਹ। ਦੇਖੀਏ ਜੀ, ਦੇਖੀਏ ਜੀ, ਬਲੇਡ ਫੁੱਲ ਖਿੱਚਿਆ, ਇੱਕ ਵਾਰੀ ਫਿਰ ਫੁੱਲ ਲਾ ਕੇ ਨਾ ਟਾਇਰ ਚੱਕੋ ਹਾਂ ਇੱਕ ਦਫਾ ਇਹਦੇ,
मिट्टी दे सकते हो तुसी यार किन्नी लगी है अगे सिंचाई चेक करो और देखो टायर भी उत्ते है एक जोर होर आ देखो जी स्लिप बहुत घट है इस ट्रैक्टर की ब्लेड भी फुल होया देख लो अगो ना फुल लाने की वजह तो अगो ट्रैक्टर मुड़ना औखा होया लेकिन स्लिप बहुत घट होने की वजह तो ना इंजन के उत्ते लोड पैंदा फिर यदा लो लाता चलो लो जी लो गेयर लाता उस्ताद जी ने हुण टायर सोने चके हुए आ देख लो ब्लेड फुल हो गया लो जी ए परफॉर्मेंस है जी यदि साढ़े दोस्त यासर संधु साहब ने भी बनाई सी यदी वीडियो है देख लो ट्रैक्टर टायर नहीं रोकता ब्लेड फुल कर दिंदा वा टायर नहीं रोकते दे, देख लो ना खचाई जड़ी आ हाँ जी थले हैगी रेत वाली जमीन ये इस करके देख लो कि टिब्बा लाता जी ट्रैक्टर ने ठीक है उस्ताद जी मेहरबानी कर लो काम अपना हूँ बड़ी मेहरबानी हूँ हौली हौली खिंचणगे क्योंकि इन्नी मिट्टी ना एक बार नहीं खिंची जाती ट्रैक्टर के नाल और देख लो ऐसा ऐसा लैके जाएंगे ठीक है जी दोस्तों ओके परफॉर्मेंस इनफॉर्मेशन किदां दी लगी कमेंट्स में जरूर दस्यो ਇਹਦੇ ਨਾਲ ਹੀ ਸਾਨੂੰ ਇਜਾਜ਼ਤ ਦਿਓ ਦੋਵਾਂ ਯਾਦ ਰੱਖਿਓ ਓਕੇ ਜੀ ਅੱਲਾ ਹਾਫਿਜ਼।